ਉਧਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਭਰਾਵਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਘਟੀਆ ਕਾਰਗੁਜ਼ਾਰੀ ਦੇ ਇਲਜ਼ਾਮ ਲਗਾਏ ਨੇ। ਪੱਤਰਕਾਰਾਂ ਦੇ ਇੱਕ ਇਕੱਠ ਨੂੰ ਬੋਲਦਿਆਂ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਇੰਸਟੀਚਿਊਟਾਂ ਨੂੰ ਬੰਦ ਹੋਣ ਦੀ ਕਗਾਰ ਉੱਤੇ ਦੱਸਿਆ ਹੈ। ਸਰਨਾ ਭਰਾਵਾਂ ਨੇ ਕਮੇਟੀ ਉੱਤੇ ਫੰਡਾਂ ਦੇ ਵਿੱਚੋਂ ਪੈਸੇ ਦਾ ਗਮਨ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਅਤੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕਮੇਟੀ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਏਜੰਡਾ ਹੈਗਾ ਬਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਹੈਗੇ ਇਹਨਾਂ ਦੀ ਹੋਂਦ ਖਤਰੇ ਵਿੱਚ ਹੈਗੀ। ਸਕੂਲ ਜਿਹੜੇ ਨੇ ਉਹ ਵੀ ਤਬਾਹੀ ਦੇ ਕਿਨਾਰੇ 'ਤੇ ਪਹੁੰਚ ਚੁੱਕੇ ਹਨ ਔਰ ਜਿਹੜੇ ਸਾਡੇ ਆਈਕਨ ਇੰਸਟੀਟਿਊਸ਼ਨਸ ਹਨ ਉਹ ਵੀ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਏ ਨੇ। ਈਵਨ ਇੰਜੀਨੀਅਰਿੰਗ ਕਾਲਜ ਜਿਹੜਾ ਸਾਡਾ ਜੁਇਲ ਸੀ ਦਿੱਲੀ ਗੁਰਦੁਆਰਾ ਕਮੇਟੀ ਦਾ ਉਹ ਵੀ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਿਆ। ਇਹਨਾਂ ਦੀਆਂ ਗਲਤ ਪਾਲਿਸੀਆਂ ਕਰਕੇ ਇਹ ਨਹੀਂ ਸੰਭਾਲ ਸਕੇ। ਇਹਨਾਂ ਦਾ ਸਿਰਫ ਕੰਮ ਹੈ ਇੰਸਟੀਟਿਊਸ਼ਨ 'ਚੋਂ ਪੈਸਾ ਕੱਢ ਕੱਢ ਕੇ ਖਾਈ ਜਾਣਾ ਔਰ ਇਹਨਾਂ ਨੇ ਖਾ ਖਾ ਕੇ ਬਿਲਕੁਲ ਸਾਰਾ ਕੰਮ ਬਰਬਾਦ ਕਰ ਦੇਣਾ। ਕੋਰਟ ਦੇ ਆਰਡਰ ਹੈਗੇ ਵੀ ਜਿਹੜਾ ਪੋਲੀਟੈਕਨਿਕ ਇੰਸਟੀਚਿਊਟ ਹੈ ਉਸਨੂੰ ਰਜੌਰੀ ਗਾਰਡਨ ਸ਼ਿਫਟ ਕੀਤਾ ਜਾਏ। ਜੇ ਸ਼ਿਫਟ ਨਹੀਂ ਕਰਦੇ ਤਾਂ ਇਹਨਾਂ ਦੀ ਲੀਜ਼ ਜਿਹੜੀ ਇਹਨੂੰ ਕੈਂਸਲ ਕਰਨ ਦੇ ਹੁਕਮ ਦਿੱਤੇ ਗਏ ਨੇ। ਅੱਜ ਦਿੱਲੀ ਕਮੇਟੀ ਦੀ ਔਰ ਦਿੱਲੀ ਦੇ ਸਿੱਖਾਂ ਦੀ ਇੱਜ਼ਤ ਦਾਅ ਤਾਂ ਲੱਗ ਹੀ ਹੈਗੀ ਔਰ ਦੋ ਤਿੰਨ ਕਾਲਜ ਅੱਗੇ ਮੈਨੇਜਮੈਂਟ ਦੇ ਬੰਦ ਹੋ ਚੁੱਕੇ ਹਨ। ਬੀ ਐਡ ਕਾਲਜ ਵੀ ਬੰਦ ਹੋਣ 'ਤੇ ਕਗਾਰ 'ਤੇ ਪਏ। ਇਹ ਦੋ ਜਿਹੜੇ ਵੱਡੇ ਇੰਸਟੀਚਿਊਸ਼ਨ ਸਨ ਸਾਡੇ ਯੂਨੀਵਰਸਿਟੀ ਦੇ ਕਾਲਜਾਂ ਤੋਂ ਬਾਅਦ ਇਹਨਾਂ ਦੀ ਨਲਾਇਕੀਆਂ ਕਰਕੇ ਕੁਰਬੰਦ ਕਰਕੇ ਬੰਦ ਹੋਣ 'ਤੇ ਕਗਾਰ 'ਤੇ, ਭਾਵੇਂ ਪ੍ਰਧਾਨ ਹੈ ਅਤੇ ਭਾਵੇਂ ਜਨਰਲ ਸਕੱਤਰ ਹੈ। ਜਨਰਲ ਸਕੱਤਰ ਨੂੰ ਤਾਂ ਹੋਰ ਮੌਜੂਦ ਹੈਗੀ, ਉਹ ਮੁੱਖ ਸਲਾਹਕਾਰ ਬਣ ਗਿਆ ਹੈ। ਪੁੱਛੋ ਇਹਦਾ ਕੋਈ ਇਮਾਨ, ਕੋਈ ਧਰਮ, ਕੋਈ ਹੈ, ਕੋਈ ਕਾਬਲੀਅਤ ਹੈ, ਕੋਈ ਸਿੱਖੀ ਦਾ ABC ਪਤਾ, ਕੋਈ ਅਕਾਲੀ ਦਲ ਦਾ ਪਤਾ ਜਿਹੜਾ ਸਲਾਹਕਾਰ ਬਣ ਕੇ ਕੀ ਰਾਏ ਦੇਗਾ। ਚਲੋ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋਈ ਹੋਈ ਹੈ, ਇਹਨਾਂ 'ਤੇ ਹਾਰਨਾ ਇਹਨਾਂ ਚੋਣਾਂ ਦੇ ਵਿੱਚ ਸੁਖਬੀਰ ਹੋਰਾਂ ਨੇ, ਇਹਨਾਂ ਨੂੰ ਨਾਲ ਲਾ ਲਿਆ, ਛੇਤੀ ਭੋਗ ਪਏਗਾ।